ਸ੍ਰੀ ਅੰਮ੍ਰਿਤਸਰ ਸਾਹਿਬ ਦੀ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਇਲਾਕੇ ਵਿੱਚ ਭਾਰਤੀ ਸੈਨਾ ਦੇ ਕੈਪਟਨ ਦੀ ਵਰਦੀ ਪਾ ਕੇ ਘੁੰਮ ਰਹੇ ਇੱਕ ਨਕਲੀ ਕੈਪਟਨ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਕੋਲੋਂ ਆਰਮੀ ਦੇ ਸਟੀਕਰ ਵਾਲੀ ਇੱਕ ਗੱਡੀ, ਨਕਲੀ ਪਹਿਚਾਣ ਪੱਤਰ, ਸੈਨਾ ਦੇ ਬੈਚ, ਕੁਝ ਦਸਤਾਵੇਜ਼ ਅਤੇ ਕੈਪਟਨ ਦੀਆਂ ਦੋ ਵਰਦੀਆਂ ਵੀ ਬਰਾਮਦ ਹੋਈਆਂ ਨੇ। ਗ੍ਰਿਫਤਾਰ ਕੀਤੇ ਗਏ ਇਸ ਨਕਲੀ ਕੈਪਟਨ ਦੀ ਪਹਿਚਾਣ ਤਰਨ ਤਾਰਨ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਉਰਫ ਖਹਿਰਾ ਵਜੋਂ ਕੀਤੀ ਗਈ ਹੈ, ਜਿਸ ਦਾ ਪਿਤਾ ਸਾਬਕਾ ਫੌਜੀ ਹੈ। ਇਸ ਲਈ ਸੁਖਜਿੰਦਰ ਵੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ, ਪਰ ਕਈ ਕਾਰਨਾਂ ਕਰਕੇ ਉਸਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ। ਪਰ ਸੁਖਜਿੰਦਰ ਉੱਪਰ ਫੌਜ ਦੀ ਵਰਦੀ ਪਾਉਣ ਦਾ ਇੰਨਾ ਕੁ ਭੂਤ ਸਵਾਰ ਸੀ, ਜਿਸ ਨੇ ਫੌਜ ਦੇ ਕੈਪਟਨ ਦੀ ਵਰਦੀ ਪਾ ਕੇ ਇਲਾਕੇ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ। ਇਹੀ ਨਹੀਂ, ਸੁਖਜਿੰਦਰ ਨੇ ਆਪਣੀ ਕਾਰ ਉੱਪਰ ਫੌਜ ਦੇ ਸਟੀਕਰ ਨੰਬਰ ਵੀ ਲਗਾ ਰੱਖੇ ਨੇ। ਫੌਜ ਦੇ ਕੈਪਟਨ ਦੀ ਵਰਦੀ ਪਾ ਕੇ ਖੁਦ ਨੂੰ ਕੈਪਟਨ ਸਮਝਣ ਵਾਲੇ ਸੁਖਜਿੰਦਰ ਨੂੰ ਆਖਿਰਕਾਰ ਪੁਲਿਸ ਨੇ ਇਲਾਕੇ ਵਿੱਚ ਘੁੰਮਦੇ ਹੋਏ ਗ੍ਰਿਫਤਾਰ ਕਰ ਲਿਆ। ਇਹ ਮਾਮਲਾ ਹੈ ਜੀ, ਸਾਨੂੰ ਕੁਛ ਦਿਨ ਪਹਿਲਾਂ ਨਾ ਆਰਮੀ ਇੰਟੈਲੀਜੈਂਸ ਤੋਂ ਇੱਕ ਲੈਟਰ ਆਇਆ ਸੀਗਾ ਕਿ ਇੱਕ ਆਦਮੀ ਹੈ ਇਸ ਤਰ੍ਹਾਂ ਆਰਮੀ ਦੀ ਯੂਨੀਫਾਰਮ ਗੱਡੀ ਦੇ ਵਿੱਚ ਟੰਗਦਾ ਅਤੇ ਗੱਡੀ ਦੇ ਉੱਤੇ ਆਪਣੀ ਜਿਹੜੀ ਪ੍ਰਾਈਵੇਟ ਦਾ ਵਹੀਕਲ ਆ ਉਹਦੇ 'ਤੇ ਉਹਨੇ ਆਰਮੀ ਦੇ ਲੋਗੋ ਵਗੈਰਾ ਲਾਏ ਹੋਏ ਆ ਅਤੇ ਸ਼ਹਿਰ 'ਚ ਘੁੰਮਦਾ, ਜਿਸ 'ਤੇ ਅਸੀਂ ਪੁਲਿਸ ਪਾਰਟੀਆਂ ਬਣਾਈਆਂ ਸੀਗੀਆਂ। ਇਸੇ ਤਰ੍ਹਾਂ ਨੇ ਸਾਡੇ ਪੁਲਿਸ ਪਾਰਟੀ ਸਿਵਲ ਲਾਈਨ ਦੀ ਜਿਹੜੀ ਸੀ ਉਹਨੇ ਮਾਲ ਰੋਡ 'ਤੇ ਇਹਨੂੰ ਇੰਟਰਸੈਪਟ ਕੀਤਾ, ਚੈੱਕ ਕੀਤਾ, ਇਹਨੂੰ ਪੁੱਛਿਆ ਤਾਂ ਇਹਨੇ ਕਿਹਾ ਵੀ ਮੈਂ ਆਰਮੀ ਦਾ ਮੇਜਰ ਹਾਂ। ਜਦੋਂ ਉਹਦਾ ਡੰਟੀ ਕਾਰਡ ਵਗੈਰਾ ਚੈੱਕ ਕੀਤਾ, ਆਰਮੀ ਦਾ ਦੇਖਿਆ ਗਿਆ ਤਾਂ ਫੇਕ ਪਾਇਆ ਗਿਆ, ਜਿਸ 'ਤੇ ਇਹਦੇ ਖਿਲਾਫ਼ ਜਿਹੜਾ ਮੁਕੱਦਮਾ 199 ਸਿਵਲ ਲਾਈਨ ਥਾਣੇ ਵਿੱਚ ਦਰਜ ਕੀ ਰਜਿਸਟਰ ਕਰਕੇ 24 ਤਰੀਕ ਨੂੰ ਇਹਦੀ ਗ੍ਰਿਫਤਾਰੀ ਕੀਤੀ ਗਈ। ਸਰ, ਇਹ ਆਰਮੀ ਦਾ ਲੋਕਾਂ ਦੱਸ ਕੇ ਇਹਦਾ ਮਕਸਦ ਕੀ ਸੀ? ਇਹਦਾ ਮਕਸਦ ਫਿਲਹਾਲ ਜੋ ਅੱਜ ਤੱਕ ਆਇਆ, ਇਹਦੇ ਫਾਦਰ ਜਿਹੜੇ ਨੇ ਲੈਫਟੀਨੈਂਟ ਕਰਨਲ ਮੋਹਨ ਸਿੰਘ ਰਿਟਾਇਰਡ ਨੇ, ਅਤੇ ਉਹਨਾਂ ਦੀ ਡੈਥ ਹੋ ਗਈ ਸੀ, ਉਹਨਾਂ ਦੀ ਜਿਹੜੀ ਯੂਨੀਫਾਰਮ ਸੀ ਉਹੀ ਗੱਡੀ ਵਿੱਚ ਲਈ ਫਿਰਦਾ ਸੀਗਾ। ਇਹਦਾ ਵੀ ਸੀਗਾ ਮਕਸਦ ਪਹਿਲਾਂ ਆਰਮੀ 'ਚ ਭਰਤੀ ਹੋਣ ਦਾ, ਔਰ ਜੋ ਪੁੱਛ ਗਿੱਛ ਨੇ ਦੱਸਿਆ ਵੀ NDA ਦੇ ਵਿੱਚ ਵੀ ਇਹ ਟਰਾਈ ਕਰ ਚੁੱਕਿਆ ਪਰ ਇਹਦੇ ਸਕਸੈਸਫੁਲ ਨਹੀਂ ਹੋਇਆ, ਅਤੇ ਇਸ ਕਰਕੇ ਵੀ ਇਹਦਾ ਥੋੜ੍ਹਾ ਸੀਗਾ। ਅਤੇ ਬਾਕੀ ਕੁਛ ਲੋਕਾਂ ਦੇ ਪ੍ਰਭਾਵ ਪਾਉਣ ਵਾਸਤੇ ਵਿਹਲੜ ਹੈਗਾ, ਪ੍ਰਭਾਵ ਪਾਉਣ ਵਾਸਤੇ ਲੋਕਾਂ ਦੇ ਕਿ ਮੈਂ ਆਰਮੀ ਦਾ ਅਫਸਰ ਹਾਂ, ਮੈਂ ਥੋੜ੍ਹਾ ਇਸ ਤਰ੍ਹਾਂ ਦਾ ਇਹ ਕੰਮ ਕਰਦਾ ਸੀ। ਨਹੀਂ, ਅੱਜ ਤੱਕ ਫਿਲਹਾਲ ਦੋ ਨੰਬਰ ਵਾਲੇ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਹਾਸਲ ਹੋਈ। ਫਿਰ ਵੀ ਅਸੀਂ ਇਹਦਾ ਰਿਮਾਂਡ ਲਿਆ ਵਾ, 4 ਦਿਨ ਦੇ ਪੁਲਿਸ ਰਿਮਾਂਡ 'ਤੇ, ਹੁਣ ਇਹਦੀ ਸਾਰੀ ਥਾਰੋ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਤੇ ਹੋਰ ਵੀ ਇਹਦੇ ਕੋਲ ਕਾਫੀ ਕਾਰਡਸ ਵਗੈਰਾ ਮਿਲੇ ਆ, ਕੋਈ ਬੈਂਕ ਕਾਰਡਸ ਮਿਲੇ ਆ, ਸਾਰਿਆਂ ਦਾ ਵੈਰੀਫਾਈ ਕਰਵਾ ਰਹੇ ਹਾਂ। ਨਹੀਂ, ਫਿਲਹਾਲ ਜਿਹੜਾ ਆਰਮੀ ਦਾ ਸੀਗਾ ਇਹਦਾ ਮੇਜਰ ਦਾ ਕਾਰਡ, ਉਹਦੇ ਵੈਰੀਫਾਈ ਹੋ ਗਿਆ ਕਿ ਉਹ ਜਾਲੀ ਹੈ। ਬਾਕੀ ਇਹਦੇ ਕਾਰਡ ਜਿਹੜੇ ਹੋਰ ਵੀ ਕੋਲ ਮਿਲੇ ਨੇ, ਬੁੱਕਸ ਵਗੈਰਾ ਮਿਲੀਆਂ ਨੇ, ਉਹ ਸਾਰਾ ਹੀ ਵੈਰੀਫਾਈ ਇਹ ਕਰਵਾ ਰਹੇ ਹਾਂ। ਉਹ ਜਿਸ ਵੀ ਬੈਂਕ ਦਾ ਕਾਰਡ ਆ ਉਸ ਤੋਂ ਵੈਰੀਫਾਈ ਕਰਵਾ ਰਹੇ ਹਾਂ ਕਿ ਉਹ ਆਈਦਰ ਦੈਟ ਇਜ਼ ਰਾਈਟ ਔਰ ਫੇਕ। ਬੇਸ਼ੱਕ ਪੁਲਿਸ ਨੇ ਹੁਣ ਫੌਜ ਦੇ ਇਸ ਨਕਲੀ ਕੈਪਟਨ ਨੂੰ ਗ੍ਰਿਫਤਾਰ ਕਰ ਲਿਆ, ਪਰ ਪੁਲਿਸ ਨੂੰ ਆਪਣੀ ਜਾਂਚ ਵਿੱਚ ਇਹ ਦੇਖਣਾ ਪਵੇਗਾ ਕਿ ਕੀ ਸੁਖਜਿੰਦਰ ਸਿਰਫ ਸ਼ੌਕ ਦੇ ਕਾਰਨ ਹੀ ਵਰਦੀ ਪਾ ਕੇ ਰੱਖਦਾ ਸੀ, ਜਾਂ ਫਿਰ ਇਸ ਤਰ੍ਹਾਂ ਵਰਦੀ ਦੀ ਆੜ ਦੇ ਵਿੱਚ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਠੱਗੀ ਵੀ ਕਰਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁਖਚੈਨ ਸਿੰਘ, D5 ਚੈਨਲ, ਪੰਜਾਬੀ।